ਹੁਸ਼ਿਆਰਪੁਰ ਪੁਲਿਸ ਨੇ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੇਮ ਸਿੰਘ ਨੇ ਦੱਸਿਆ ਕਿ ਐਸਆਈ ਹਰੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਨਾਕੇਬੰਦੀ ਦੌਰਾਨ ਗੁਰਦੀਪ ਸਿੰਘ ਪੁੱਤਰ ਰਵਿੰਦਰ ਮਾਨ ਵਾਸੀ ਗਲੀ ਨੰਬਰ 2 ਮੁਹੱਲਾ ਭਵਾਨੀ ਨਗਰ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਕੋਲੋਂ 108 ਪੱਤੇ ਨਸ਼ੀਲੇ ਕੈਪਸੂਲ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਨਸ਼ੀਲੇ ਕੈਪਸੂਲ ਸੁਰਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਚੰਡਿਆਲਾ ਥਾਣਾ ਬੁੱਲੋਵਾਲ ਕੋਲੋਂ ਖਰੀਦਦਾ ਸੀ। ਪੁਲਿਸ ਵੱਲੋਂ ਦੋਸ਼ੀ ਸੁਰਿੰਦਰ ਨੂੰ ਕਾਰ ਇੰਡੀਕਾ ਵਿਸਟਾ ਸਮੇਤ ਕਾਬੂ ਕਰਕੇ ਉਸ ਕੋਲੋਂ 500 ਪੱਤੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੋਸ਼ੀ ਸੁਰਿੰਦਰ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਸਾਰੇ ਨਸ਼ੀਲੇ ਕੈਪਸੂਲ ਦਾ ਕਾਰੋਬਾਰ ਜੁਗਰਾਜ ਕੁਮਾਰ ਪੁੱਤਰ ਨਵੀਨ ਕੁਮਾਰ ਵਾਸੀ ਮੁਹੱਲਾ ਨਿਊ ਜਗਤਪੁਰਾ ਥਾਣਾ ਸਿਟੀ ਕਰਦਾ ਹੈ। ਜੁਗਰਾਜ ਨੂੰ ਐਕਟਿਵਾ ਸਮੇਤ ਗ੍ਰਿਫਤਾਰ ਕਰਕੇ ਉਸ ਕੋਲੋਂ 1044 ਪੱਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲਿਸ ਨੇ ਤਿੰਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਲੋਮੇਸ਼ ਸ਼ਰਮਾ ਵੀ ਮੌਜੂਦ ਸਨ। ਸ਼੍ਰੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਜੀ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਮੁਖਤਿਆਰ ਰਾਏ ਐਸਪੀਡੀ ਸਾਹਿਬ ਦੀ ਰਹਿਨਮਾਈ ਹੇਠ ਅਤੇ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਐਸਆਈ ਹਰਜੀਤ ਸਿੰਘ ਹਰੀਸ਼ ਕੁਮਾਰ ਨੇ ਟੈਗੋਰ ਪਾਰਕ ਦੇ ਵਿੱਚ ਨਾਕਾ ਲਾਇਆ ਹੋਇਆ ਸੀ ਕੱਲ੍ਹ ਮਿਤੀ 23/6 ਨੂੰ ਅਤੇ ਉਹਨੇ ਇੱਕ ਦੋਸ਼ੀ ਗੁਰਦੀਪ ਸਿੰਘ ਉਰਫ ਦੀਪਕ ਭਵਾਨੀ ਨਗਰ ਨੂੰ ਰੋਕ ਕੇ ਕਾਬੂ ਕੀਤਾ ਅਤੇ ਉਹਦੇ ਕੋਲੋਂ 108 ਪੱਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ ਅਤੇ ਕੁੱਲ 864। ਉਸ ਤੋਂ ਬਾਅਦ ਮੁਕੱਦਮਾ ਨੰਬਰ 151 ਮਿਤੀ 23/6 ਥਾਣਾ ਸਿਟੀ ਦਰਜ ਰਜਿਸਟਰ ਕੀਤਾ ਗਿਆ। ਜਦੋਂ ਦੀਪ ਕੁਮਾਰ ਗੁਰਦੀਪ ਸਿੰਘ ਉਰਫ ਦੀਪਕ ਨੂੰ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਉਸਦੇ ਵੀ ਕਿੱਥੋਂ ਲੈ ਕੇ ਆਇਆ, ਉਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਪ੍ਰਾਪਤ ਕੀਤੇ। ਉਹਨੇ ਦੱਸਿਆ ਵੀ ਮੈਂ ਇੱਕ ਗੁਰਦੀਪ ਸਿੰਘ ਅਲੀਅਸ ਧਾਮੀ ਵਾਸੀ ਚੰਡਿਆਲ ਤੋਂ ਲਿਆ। ਜਦੋਂ ਉਹਨੂੰ ਫੜਿਆ ਉਹਦੀ ਕਾਰ ਸੀ ਵਿਸਟਾ ਕਾਰ ਦੇ ਵਿੱਚੋਂ ਅਤੇ ਉਹਦੇ ਕੋਲੋਂ 7200 ਕੈਪਸੂਲ ਬਰਾਮਦ ਹੋਏ। ਟੋਟਲ ਕਿੰਨੇ ਕੈਪਸੂਲ ਗੋਲੀਆਂ ਬਰਾਮਦ ਹੋਈਆਂ, ਆਰੋਪੀ ਕਿੰਨੇ ਟੋਟਲ? ਟੋਟਲ 3 ਆਰੋਪੀ ਬਰਾਮਦ ਗ੍ਰਿਫਤਾਰ ਕੀਤੇ ਆ ਅਤੇ ਇੱਕ ਯੁਵਰਾਜ ਬਾਂਸਲ ਹੈ ਅਤੇ ਇੱਕ ਗੁਰਦੀਪ ਸਿੰਘ ਹੈਗੇ ਆ ਅਤੇ ਇੱਕ ਸੁਰਿੰਦਰ ਸਿੰਘ ਧਾਮੀ ਵਾਸੀ ਚੰਡਿਆਲ। ਇਹ ਅਜੇ ਵੈਰੀਫਾਈ ਕਰਨਾ ਸੀ। ਟੋਟਲ ਕੈਪਸੂਲ ਅਸੀਂ ਬਰਾਮਦ ਕੀਤੇ 16416 ਟੋਟਲ ਨਸ਼ੀਲੇ ਕੈਪਸੂਲ ਸਪੈਨੋ ਕਰੋਕਸੀਬੋਨ ਪਲੱਸ 2052 ਪੱਤੇ ਬਰਾਮਦ ਕੀਤੇ ਹੈ। ਕਾਰ ਨੰਬਰ EPB07AC0487 ਮਾਰਕਾ ਟਾਟਾ ਇੰਡਿਕਾ ਵਿਸਟਾ ਸਿਲਵਰ, ਇਹ ਹੈਗੀ ਹੈ ਸੁਰਿੰਦਰ ਸਿੰਘ ਧਾਮੀ ਦੀ। ਅਤੇ ਜਿਹੜਾ ਐਕਟਿਵਾ ਬਰਾਮਦ ਕੀਤੀ ਹੈ PB07AW5523, ਇਹ ਹੈਗੀ ਆ ਯੁਵਰਾਜ ਕੁਮਾਰ ਦੀ ਹੈਗੀ। ਯੁਵਰਾਜ ਹੈਗਾ ਮੁਹੱਲਾ ਨਿਊ ਜਗਤ ਰਹਿੰਦਾ, ਜਿਹੜਾ ਮੇਨ ਕਿੰਗ ਹੈ, ਜਿਹੜਾ ਇਹਨਾਂ ਨੂੰ ਸੁਰਿੰਦਰ ਧਾਮੀ ਨੂੰ ਵੀ ਸਪਲਾਈ ਦਿੰਦਾ ਅਤੇ ਦੀਪੇ ਨੂੰ ਵੀ ਸਪਲਾਈ ਦਿੰਦਾ, ਇਹ ਮੇਨ ਕਿੰਗ ਇਹਨਾਂ ਦਾ ਹੈਗਾ। ਕੋਈ ਹੋ ਸਕਦਾ ਇਹ ਵੈਰੀਫਾਈ ਦਾ ਵਿਸ਼ਾ ਕਰ ਰਹੇ ਕੁਛ ਕੁਛ, ਇਹਨਾਂ ਦਾ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਵੀ ਕਿੱਥੋਂ ਲਿਆਂਦਾ ਸੀ ਇਹ, ਤੇ ਉਹ ਵੈਰੀਫਾਈ ਕੀਤਾ ਜਾਊਗਾ। ਦਸ ਟੈਲਰ ਨਿਊਜ਼ ਲਈ ਹਰਪਾਲ ਲਾਡਾ ਤੇ ਬਲਜਿੰਦਰ ਸਿੰਘ ਦੀ ਰਿਪੋਰਟ। ਵੀ ਆਰ ਅ ਮਲਟੀਕਲਚਰਲ ਨੈਟਵਰਕ ਕਮਿਊਨਿਟੀ, ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਦੇਮ।